ECC ਨੇ ਵਿਫਾਕੀ ਹਕੂਮਤ ਦੇ ਸਿਹਤ ਦੇ ਇਦਾਰਿਆਂ 'ਚ ਕੰਮ ਕਰਨ ਵਾਲੇ ਵਰਕਰਾਂ ਨੂੰ ਵਬਾ ਦੀ ਸੂਰਤ ਹਾਲ ਵਿੱਚ ਖਿਦਮਤਾਂ ਦੇਣ ਉਤੇ ਮਾਲੀ ਸਹੂਲਤ ਦੇਣ ਲਈ 48 ਕਰੋੜ ਰੁਪਏ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਤਲਾਮਾ ਨੇ ਵਜ਼ੀਰ ਨੇ ਕਿਹਾ ਹੈ ਕਿ ਅੱਜ ਤੋਂ ਪੈਟਰੋਲੀਅਮ ਮਸਨੂਆਤ ਮੁਕੰਮਲ ਤੌਰ ਤੇ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਪੰਜਾਬ ਦੇ ਗਵਰਨਰ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਕਰੋਨਾ ਵਬਾਦ ਵੱਲ ਸੰਜੀਦਗੀ ਵਿਖਾਣ। ਹੁਣ ਤੁਸੀਂ ਪੂਰੀਆਂ ਖਬਰਾਂ ਸੁਣੋ। ਵਜ਼ੀਰ ਆਜ਼ਮ ਨੇ ਮਾਲੂਮਾਤ ਵੇਰਲ ਸਰ ਦੇਨ ਤੇ ਮਨਸੂਬਿਆਂ ਉਤੇ ਅਮਲ ਦਰਾਮਦ ਕਰਨ ਦੇ ਦੌਰਾਨ ਆਵਾਮ ਦੀ رائے ਤੇ ਸ਼ਿਰਕਤ ਯਕੀਨੀ ਬਣਾਉਣ ਉਤੇ ਵੀ ਜ਼ੋਰ ਦਿੱਤਾ ਹੈ ਵਜ਼ੀਰ ਆਜ਼ਮ ਨੇ ਹਿਦਾਇਤ ਕੀਤੀ ਕਿ ਸਰਕਾਰੀ ਸ਼ੋਬੇ ਦੇ ਤਰਕੀਆਤੀ ਮਨਸੂਬਿਆਂ ਤੇ ਜਾਰੀ ਕੰਮਕਾਰ ਨੂੰ ਵੇਖਣ ਲਈ 6 ਮਹੀਨੇ ਬਾਅਦ اجلاس ਜ਼ਰੂਰ ਬੁਲਾਇਆ ਜਾਏ اجلاس ਇਹ ਜਾਰੀ ਮਾਲੀ ਸਾਲ ਦੀ ਮੁਆਸ਼ੀ ਸੂਰਤ ਹਾਲ ਤੇ ਆਉਂਦੇ ਸਾਲ ਦੇ ਮਾਮਲਿਆਂ ਉਤੇ ਵੀ ਗੌਰ ਕੀਤਾ ਗਿਆ اجلاس ਵਿੱਚ ਆਉਂਦੇ ਮਾਲੀ ਸਾਲ ਲਈ ਜ਼ਰਾਤ ਸਨਤ ਤੇ ਖਿਦਮਤਾਂ ਦੇ ਸ਼ੋਬੇ ਦੀ ਤਰੱਕੀ ਦੇ ਨਾਲ-ਨਾਲ مجموعی پیداوار دی حادثی منظوری وی دتے گئے وزیر اعظم عمران خان نے کیا کہ حکومت نوجوانوں نو روزگار دین لئی نوے منصوبے شروع کرن زراعت تے سید دے نظام نو بہتر بنان تے خاص توجہ دے رہیے او اسلام آباد اچ قومیک اقتصادی کونسل دے اجلاس دے صدارت کر رہے سن وزیر اعظم نے ترقیاتی منصوبیاں نو حتمی شکل دین تے عمل درآمد لئی وفاقی تے صوبائی حکومتاں مشکار قریبی تعاون یقینی بنان تے زور دتا ਅਗਲੇ مالی ਸਾਲ ਦੇ ਦੌਰਾਨ ਮਨਸੂਬਿਆਂ ਲਈ اجلاس ਵਿੱਚ ਮੌਾਸ਼ੀ ਤਰੀਕੇ ਕਰਤੀ ਵੀ ਮਨਜ਼ੂਰੀ ਦਿੱਤੀ ਗਈ। ਇਕਤਸਾਦੀ رابطہ ਕਮੇਟੀ ਨੇ ਕੋਰੋਨਾ ਵਬਾਦੀ ਸੁਰਤਿ ਹਾਲ ਵਿੱਚ وفاقی ਹਸਪਤਾਲਾਂ ਦੀਆਂ ਖਿਦਮਤਾਂ ਦੇਣ ਵਾਲੇ ਸੇਧ ਦੇ ਸ਼ੁਬੇ ਦੇ ਵਰਕਰਾਂ ਨੂੰ ਰਿਸਕ ਅਲਾਉਂਸ ਦੇਣ ਵਾਸਤੇ 48 ਕਰੋੜ ਰੁਪਏ ਤੋਂ ਵੱਧ ਰਕਮ ਦੀ ਮਨਜ਼ੂਰੀ ਦਿੱਤੀ। ਕਮੇਟੀ ਦਾ اجلاس ਖਜ਼ਾਨੇ ਦੇ مشیر ڈاکٹر عبدالحفیظ شیخ ਦੀ ਸਦਾਰੇ ਵਿੱਚ ਹੋਇਆ। ਇਹ مالی سہولت ਵਰਕਰਾਂ ਦੀ ਇੱਕ ਵਾਰ ਦੀ ਤਨਖਾਹ ਦੇ ਬਰਾਬਰ ਹੋਵੇਗੀ ਤੇ ਵਿਫਾਕਿ ਸੇ ਦੇ 10 ਇਦਾਰਿਆਂ ਦੇ ਕੋਈ 3432 ਮੁਲਾਜ਼ਮਾਂ ਨੂੰ ਮਿਲੇਗੀ। ਮਾਲੀ ਸਹੂਲਤ ਜਾਰੀ ਰਹਿਣ ਬਾਰੇ 4 ਮਹੀਨੇ ਬਾਅਦ ਫਿਰ ਗੌਰ ਕੀਤਾ ਜਾਏਗਾ। ਕਮੇਟੀ ਨੇ ਮਖਤਲਿ ਵਜ਼ਾਰਤਾ ਨਾਲ ਜੁੜੇ ਮਹਿਕਮਿਆਂ ਲਈ 22 ਅਰਬ ਰੁਪਏ ਦੀ ਇਜ਼ਾਫੀ ਗ੍ਰਾਂਟ ਦੀ ਵੀ ਮਨਜ਼ੂਰੀ ਦਿੱਤੀ। ਕਮੇਟੀ ਨੇ ਛੋਟੇ ਤੇ ਦਰਮਿਆਨੇ ਕਾਮਕਾਰ ਨੂੰ ਬਵਾਬ ਦੀ ਸੁਰਤਿ ਹਾਲਿਚ ਮਦਦ ਦੇਣ ਵਾਸਤੇ ਕਾਮਯਾਬ ਜਮਾਨ ਪ੍ਰੋਗਰਾਮ ਦੀਆਂ ਅਹਿਮ ਸ਼ਰਤਾਂ ਵਿੱਚ ਰਦੋਬਦਲ ਵੀ ਕੀਤਾ। ਕਮੇਟੀ ਨੇ ਸੇਦ ਦੇ ਆਲਮੀ ਪ੍ਰੋਗਰਾਮ ਵਿੱਚ ਹੰਗਾਮੀ امدادی ਕਾਰਵਾਈਆਂ ਵਾਸਤੇ 10000 ਮੈਟ੍ਰਿਕ ਟਨ ਕਨਕ ਦੇਣ ਦੀ ਵੀ ਮਨਜ਼ੂਰੀ ਦਿੱਤੀ। ਕਮੇਟੀ ਨੇ مختلف ਟੈਕਸਾਂ 'ਚ ਛੂਟ ਦੇਣ ਦੇ ਬਾਅਦ ਨਿੱਜੀ ਸ਼ੋਬੇ ਨੂੰ ਗੈਰਮੁਈਨਾ ਮੁੱਦਤ ਲਈ ਕਨਕ ਦਨਾਮਤ ਕਰਨ ਦੀ ਵੀ ਇਜਾਜ਼ਤ ਦਿੱਤੀ। ਇਸੇ ਸੀਨ 'ਚ ਦੇਸ਼ ਦੇ ਅੰਦਰ ਕਨਕ ਉੱਤੇ ਨਕਲੋ ਹਮਲ ਦੀ ਪਾਬੰਦੀ ਹਟਾਉਣ ਦਾ ਹੁਕਮ ਦਿੱਤਾ ਤੇ ਸਫਾਰਸ਼ਾ ਮਿਲਣ ਤੱਕ ਉਹਦੀ ਬਰਾਮਦ ਉੱਤੇ ਪਾਬੰਦੀ ਲਾ ਦਿੱਤੀ। ਇਤਲਾਮਤ ਇਹ ਨਸ਼ਰੀਆਤ ਬਾਰੇ ਵਜ਼ੀਰ ਸ਼ਿਬਲੀ ਫਰਾਜ਼ ਨੇ ਕਿਹਾ ਹੈ ਕਿ ਮੁਲਕ ਵਿੱਚ ਪੈਟਰੋਲ ਦੀ ਜਾਨਬੁੱਝ ਕੇ ਕਿੱਲਤ ਪੈਦਾ ਕਰਨ ਵਾਲਿਆਂ ਦੇ ਖਿਲਾਫ ਇਨਕੁਆਇਰੀ ਤੋਂ ਬਾਅਦ ਸਖਤ ਕਾਰਵਾਈ ਕੀਤੀ ਜਾਏਗੀ ਉਹ ਨਿੱਜੀ ਟੀਵੀ ਚੈਨਲ ਉਤੇ ਗੱਲਾਂ ਕਰ ਰਹੇ ਸਨ ਉਹਨਾਂ ਕਿਹਾ ਕਿ ਅੱਜ ਤੋਂ ਪੈਟਰੋਲੀਅਮ ਮਸਨੂਆਤ ਪੂਰੀ ਤਰ੍ਹਾਂ ਮਿਲਣ ਦੀ ਉਮੀਦ ਹੈ ਬਜਟ اجلاس ਕੱਲ ਹੋਵੇਗਾ ਤੇ ਕੋਈ 86 ਮੈਂਬਰ اجلاس ਵਿੱਚ ਸ਼ਰੀਕ ਹੋਣਗੇ ਉਹਨਾਂ ਕਿਹਾ ਕਿ ਕੌਮੀ ਅਸੈਂਬਲੀ ਦਾ اجلاس ਸਮਾਰਤੋਂ ਜਾਰੀ ਹੈ ਤੇ ਸਾਰੀਆਂ ਇhtiyati ਤਦਬੀਰਾਂ ਉਤੇ ਅਮਲ ਕੀਤਾ ਜਾ ਰਿਹਾ ਹੈ ਇੱਕ ਸਵਾਲ ਉਤੇ ਉਹਨਾਂ ਨੇ ਕਿਹਾ ਕਿ ਸਿੰਧ ਦੇ ਵਜ਼ੀਰ ਆਲਾ ਮੁਰਾਦ ਅਲੀ ਸ਼ਾਹ ਨੇ ਕੋਰੋਨਾ ਵਬਾ ਦੇ ਹਵਾਲੇ ਨਾਲ ਕੌਮੀ رابطہ ਕਮੇਟੀ ਚ ਹੋਏ ਸਾਰੇ ਫੈਸਲਿਆਂ ਦੀ ਹਮਾਇਤ ਕੀਤੀ ਹੈ। ਉਹਨਾਂ ਕਿਹਾ ਕਿ ਦੇਸ਼ ਵਿੱਚ ਮੌਅਸੀ ਸੁਰਤ ਹਾਲਤੀ ਵਜ੍ਹਾ ਤੋਂ ਲੰਮੀ ਮੁੱਦਤ ਤੱਕ ਲਾਕਡਾਊਨ ਨਹੀਂ ਲਾਇਆ ਜਾ ਸਕਦਾ। ਉਹਨਾਂ ਕਿਹਾ ਕਿ ਇਹ ਦੇ ਮੌਅਸੀ ਤੌਰ ਤੇ ਮਜ਼ਬੂਤ ਮੁਲਕਾਂ ਨੇ ਵੀ ਮੌਅਸੀ ਪਹੀਆ ਚਲਾਣ ਆਸਤੇ ਲਾਕਡਾਊਨ ਵਿੱਚ ਨਰਮੀ ਕਰ ਰਹੇ ਨੇ। ਉਹਨਾਂ ਲੋਕਾਂ ਨੂੰ ਆਖਿਆ ਕਿ ਵਬਾਹ ਦਾ ਫੈਲਾਅ ਰੋਕਣ ਲਈ ਹਕੂਮਤ ਵੱਲੋਂ ਦਸੀਆਂ ਇhtiyati ਤਦਬੀਰਾਂ ਤੇ ਉਸੂਲਾਂ ਉਤੇ ਪੂਰੀ ਤਰ੍ਹਾਂ ਅਮਲ ਕੀਤਾ ਜਾਏ ਇਹ ਖਬਰਾਂ ਤੁਸੀਂ ਰੇਡੀਓ ਪਾਕਿਸਤਾਨ ਤੋਂ ਸੁਣ ਰਹੇ ਹੋ ਪਿਛਲੇ 5 ਸਾਲਾਂ ਵਿੱਚ 29 ਅਰਬ ਰੁਪਏ ਦੀ ਗੈਰ ਕਾਨੂੰਨੀ ਤੌਰ ਤੇ ਸਬਸਿਡੀ ਦੇਣ ਉਤੇ ਪਹਿਲਾ ਰੈਫਰੈਂਸ ਨੈਬ ਨੂੰ ਪਿਛਵਾ ਦਿੱਤਾ ਗਿਆ ਹੈ ਇਹ ਗੱਲ ਇਤਸਾਬ ਬਾਰੇ ਖੁਸੂਸੀ ਮੁਆਵਿਨ ਸ਼ਹਿਜ਼ਾਦ ਅਕਬਰ ਨੇ ਇਸਲਾਮਾਬਾਦ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ਕਹੀ ਹੈ ਉਨ੍ਹਾਂ ਕਿਹਾ ਕਿ ਹਕੂਮਤ ਨੇ ਖਾਂਡੂ ਬਾਰੇ ਇਨਕੁਆਇਰੀ ਕਮਿਸ਼ਨ ਦੀਆਂ ਸਿਫਾਰਸ਼ਾਂ ਦੀ ਰੋਸ਼ਨੀ 'ਚ ਕਾਰਵਾਈ ਕਰਨ ਹਾਸਤੇ ਹਕਮਤੀ ਅਮਲੀ ਬਣਾਈਏ। ਹਕੂਮਤੀ ਮਾਅਵਨ ਨੇ ਕਿਹਾ ਕਿ ਨੈਬ سبسڈی ਦੇ ਮਾਮਲੇ ਨੂੰ ਵੇਖੇਗਾ। ਜਦਕਿ ਐਫਬੀਆਰ ਸੇਲਸ ਟੈਕਸ ਖਤਮ ਕਰਨ ਤੇ ਦੂਜੇ ਮਾਮਲਿਆਂ ਦਾ ਜਾਇਜ਼ਾ ਲਵੇਗਾ। ਉਨ੍ਹਾਂ ਨੇ ਕਿਹਾ ਕਿ ਕੰਪਨੀਆਂ ਵੱਲੋਂ ਫਰਾਡ ਕਰਨ ਦਾ ਮਾਮਲਾ ਸਕਿਉਰਿਟੀ ਐਕਸਚੇਂਜ ਕਮਿਸ਼ਨ ਤੇ ਐਫਆਈਏ ਵੇਖੇਗਾ। ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਆਬਾਦ ਨੂੰ ਤੇ ਜ਼ੋਰ ਦਿੱਤਾ ਹੈ ਕਿ ਉਹ ਕੋਰੋਨਾ ਦੀ ਵਬਾਹ ਨੂੰ ਸੰਜੀਦਾ ਲੈਣ। ਇੱਕ ਬਿਆਨ ਵਿੱਚ ਉਹਨਾਂ ਆਖਿਆ ਕਿ ਜੇ ਆਬਾਦ ਨੇ ਬੇਇhtਿਆਤੀ ਜਾਰੀ ਰੱਖੀ ਤੇ ਫਿਰ ਆਉਣ ਵਾਲੇ ਦਿਨਾਂ ਵਿੱਚ ਕੋਰੋਨਾ ਵਾਇਰਸ ਹੋਰ ਜ਼ਿਆਦਾ ਵੱਧ ਜਾਏਗਾ। ਉਹਨਾਂ ਆਖਿਆ ਕਿ ਕੋਰੋਨਾ ਵਬਾਹ ਦਾ ਫੈਲਾਅ ਇਸੇ ਤਰ੍ਹਾਂ ਜਾਰੀ ਰਿਹਾ ਤੇ ਫਿਰ ਇਹਦੇ ਸਿਹਤ ਦੇ ਨਿਜ਼ਾਮ ਲਈ ਬੜਾ ਬੁਰਾ ਅਸਰ ਪਵੇਗਾ। ਪੰਜਾਬ ਦੇ ਸੀਨੀਅਰ وزیر ਅਬਦੁਲ ਲਮੀਨ ਖਾਨ ਨੇ ਲੋਕਾਂ ਨੂੰ ਕਹੇ ਕਿ ਉਹ ਜ਼ਿੰਮੇਵਾਰੀ ਦਾ ਮੁਜ਼ਾਹਿਰਾ ਕਰਨ ਤੇ ਸੂਬੇ ਖਾਸ ਕਰ ਲਾਹੌਰ ਵਿੱਚ ਕਰੋਨਾ ਵਬਾਹ ਦੇ ਵੱਧਦੇ ਹੋਏ ਕੇਸਾਂ ਨੂੰ ਵੇਖਦੇ ਹੋਏ احتیاطی ਤਦਬੀਰਾਂ ਤੇ ਉਸੂਲਾਂ ਉਤੇ ਸਖਤੀ ਨਾਲ ਅਮਲ ਕਰਨ। ਉਹਨਾਂ ਇਹ ਗੱਲ ਲਾਹੌਰ ਵਿੱਚ ਕਰੋਨਾ ਵਬਾਹ ਬਾਰੇ ਸੂਬਾਈ ਕਵਿਨਦੀ ਕਮੇਟੀ ਦੇ اجلاس ਦੀ ਸਦਾਰਤ ਕਰਦੇ ਹੋਏ ਕਿਹਾ। ਸੀਨੀਅਰ وزیر ਨੇ ਕਿਹਾ ਕਿ ਸ਼ਹਿਰੀਆਂ ਨੂੰ احتیاطی ਤਦਬੀਰਾਂ ਬਾਰੇ ਦਸੰਦੀ ਜ਼ਰੂਰਤ ਹੈ। ਤੇ ਇਸ ਮਕਸਦ ਲਈ ਇਲੈਕਟ੍ਰੋਨਿਕ ਮੀਡੀਆ ਤੇ ਅਖਬਾਰਾਂ ਦੇ ਜ਼ਰੀਏ احتیاطੀ ਤਦਬੀਰਾਂ ਦਸੀਆਂ ਜਾਣੀਆਂ ਚਾਹੀਦੀਆਂ ਨੇ ਐਸੋਰੇ ਤੱਕ ਦੀਆਂ ਖਬਰਾਂ ਤੁਸੀਂ ਸੁਣੀਆਂ ਹੋਰ ਖਬਰਾਂ ਸੁਣਨ ਲਈ ਸਾਡੀ ਵੈਬਸਾਈਟ radio.gov.pk ਨਾਲ ਜੁੜੇ ਰਹੋ ਤੁਸੀਂ ਫੇਸਬੁੱਕ ਤੇ ਪੇਜ radio pakistan punjabi ਉਤੇ ਖਬਰਾਂ ਬਰਾਹਰਾਸਤ ਵੀ ਵੇਖ ਤੇ ਸੁਣ ਸਕਦੇ ਹੋ